ਸਤਿ ਸ਼੍ਰੀ ਅਕਾਲ ਜੀ ਮਿੱਤਰੋ, ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ। ਉਮੀਦ ਕਰਦਾ ਸਾਰੇ ਭਰਾ ਠੀਕ ਹੋਣਗੇ ਜੀ। ਅੱਜ ਆਪਾਂ ਇੱਕ ਵਾਰੀ ਫਿਰ ਤੋਂ ਨਵੀਂ ਗੱਡੀ ਲੈ ਕੇ ਆ ਚੁੱਕੇ ਹਾਂ ਆਪਣੀ ਵੀਡੀਓ ਦੇ ਵਿੱਚ। ਅੱਜ ਦੀ ਕਾਰ ਆਪਣੀ ਹੈਗੀ ਹੈ ਜੀ ਰਿਟਸ ਹੈਗੀ ਹੈ ਜੀ ਬਠਿੰਡਾ ਨੰਬਰ। ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਆਪਣੇ ਕੋਲ ਆ ਚੁੱਕੀ ਆ, ਜਿਹੜੀ ਕਿ 2012 ਮਾਡਲ, ਜਿਹਦੀ ਪਾਸਿੰਗ ਵੀ ਪਈ ਹੈ ਕਾਰ ਦੀ, ਅਤੇ ਸੈਕਿੰਡ ਓਨਰ ਕਾਰ ਹੈ ਜੀ, ਬਠਿੰਡਾ ਨੰਬਰ ਗੱਡੀ ਆ। ਕਾਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਪਈ ਆ। ਸੋ ਜਿਹੜੇ ਵੀ ਭਰਾ ਨੇ ਰਿਟਸ ਕਾਰ ਲੈਣੀ ਹੋਵੇ, ਤੁਸੀਂ ਰਿਟਸ ਕਾਰ ਦੇਖ ਰਹੇ ਹੋ, ਤਾਂ ਆਪਣੇ ਕੋਲ ਇੱਕ ਬਹੁਤ ਚੰਗੀ ਕੰਡੀਸ਼ਨ ਦੀ ਕਾਰ ਜਿਹੜੀ ਆ ਚੁੱਕੀ ਹੈ ਜੀ ਰਿਟਸ 2012 ਮਾਡਲ ਸੈਕਿੰਡ ਓਨਰ। ਸਭ ਤੋਂ ਪਹਿਲਾਂ ਆਪਾਂ ਚਾਰੇ ਸਾਈਡਾਂ ਦੀ ਕੰਡੀਸ਼ਨ ਚੈੱਕ ਕਰਵਾ ਰਹੇ ਹਾਂ ਸਾਰੇ ਭਰਾਵਾਂ ਨੂੰ, ਨਾਲ ਦੀ ਨਾਲ ਕਾਰ ਦਾ ਆਪਾਂ ਸਾਰੇ ਭਰਾਵਾਂ ਨੂੰ ਜਿਹੜਾ ਇੰਟੀਰੀਅਰ ਵੀ ਚੈੱਕ ਕਰਵਾਵਾਂਗੇ। ਸੋ ਵੈਲਕਮ ਆ ਜੀ ਸਾਰੇ ਭਰਾਵਾਂ ਦਾ ਜੀ ਐਸ ਮੋਟਰ ਤਲਵੰਡੀ ਸਾਹਿਬ ਪੇਜ 'ਤੇ। ਸਭ ਤੋਂ ਪਹਿਲਾਂ ਤੁਸੀਂ ਤਾਂ ਕਾਰ ਦਾ ਇੰਟੀਰੀਅਰ ਵੀ ਦੇਖ ਸਕਦੇ ਹੋ, ਕਾਰ ਕੰਡੀਸ਼ਨ ਦੀ ਬਿਲਕੁਲ ਓਕੇ ਪਈ ਹੈ। LDI ਮਾਡਲ ਹੈ ਜੀ ਇਹ, ਲੈਦਰ ਦੇ ਸੀਟ ਕਵਰ ਕਾਰ ਦੇ ਵਿੱਚ ਪਾਏ ਹੋਏ ਨੇ, ਅਤੇ ਕਾਰ ਜਿਹੜੀ ਚੱਲੀ ਵੀ ਬਹੁਤ ਘੱਟ ਹੋਈ ਆ। ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਵੀਡੀਓ ਦੇ ਵਿੱਚ ਆਪਾਂ ਚੈੱਕ ਕਰਵਾਵਾਂਗੇ। ਸੋ ਕਿਸੇ ਵੀ ਭਰਾ ਨੇ ਇਹ ਵਾਲੀ ਗੱਡੀ ਲੈਣੀ ਆ, ਤੁਸੀਂ ਪਹੁੰਚ ਸਕਦੇ ਹੋ ਜੀ ਐਸ ਮੋਟਰ ਤਲਵੰਡੀ ਸਾਬੋ। ਕਾਰ ਦੀ ਆਪਾਂ ਪੂਰੀ ਕੰਡੀਸ਼ਨ ਨਾਲ ਦੀ ਨਾਲ ਵੀਡੀਓ ਦੇ ਵਿੱਚ ਚੈੱਕ ਕਰਵਾ ਰਹੇ ਹਾਂ, ਬਾਕੀ ਤੁਸੀਂ ਮੀਟਰ ਦੇ ਵਿੱਚ ਕਾਰ ਦੇਖ ਵੀ ਸਕਦੇ ਹੋ ਜਿਹੜੀ ਕਾਰ ਚੱਲੀ ਹੋਈ ਆ। ਬਾਕੀ ਆਪਾਂ ਜਿਹੜੀ ਦਿੰਨੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਚੀਜ਼ਾਂ ਦਿਖਾਉਣ ਦੀ। ਸੋ ਕਿਸੇ ਵੀ ਭਰਾ ਨੇ ਇਹ ਵਾਲੀ ਗੱਡੀ ਲੈਣੀ ਹੋਵੇ, ਤੁਸੀਂ ਵੀਡੀਓ ਪੂਰੀ ਫੁੱਲ ਚੈੱਕ ਕਰਕੇ ਆਇਓ। ਜਿਵੇਂ ਮੈਂ ਆਪਾਂ ਵੀਡੀਓ ਦੇ ਵਿੱਚ ਕਾਰ ਦਿਖਾਵਾਂਗੇ, ਤੁਹਾਨੂੰ ਸੇਮ ਹੀ ਇਸੇ ਤਰ੍ਹਾਂ ਕਾਰ ਜਿਹੜੀ ਮਿਲਣੀ ਹੈ। ਇਹ ਚਾਰੇ ਸਾਈਡਾਂ ਤੋਂ ਵੀ ਆਪਾਂ ਇੱਕ ਵਾਰ ਚੈੱਕ ਕਰਵਾ ਦਿੰਦੇ ਹਾਂ, ਨਾਲ ਦੀ ਨਾਲ ਆਪਾਂ ਜਿਹੜੀ ਕਾਰ ਦੀ ਇੱਕ ਵਾਰੀ ਡਿੱਗੀ ਵੀ ਖੋਲ੍ਹ ਕੇ ਚੈੱਕ ਕਰਵਾਵਾਂਗੇ। ਬਠਿੰਡਾ ਨੰਬਰ ਕਾਰ ਹੈ ਜੀ ਸੈਕਿੰਡ ਓਨਰ। ਡੈਸ਼ਬੋਰਡ ਵਗੈਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਪਿਆ ਕਾਰ ਦਾ। ਇੰਟੀਰੀਅਰ ਅਤੇ ਐਕਸਟੀਰੀਅਰ ਸਾਰੀਆਂ ਚੀਜ਼ਾਂ ਜਿਹੜੀਆਂ ਸਾਫ਼ ਪਈਆਂ ਨੇ ਗੱਡੀ ਦੀਆਂ। ਨਾਲ ਦੀ ਨਾਲ ਆਪਾਂ ਕਾਰ ਦਾ ਜਿਹੜਾ ਮੈਟ ਵਗੈਰਾ ਵੀ ਉਹਨੂੰ ਚੈੱਕ ਕਰਵਾ ਦਿੰਦੇ ਹਾਂ। ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਜਿਹੜੀ ਆਪਣੇ ਕੋਲ ਅੱਜ ਆਈ ਆ। ਕਾਰ ਦੀ ਇੱਕ ਜਿਹੜੀ ਬੰਪਰ 'ਤੇ ਲਾਈਟ ਲੱਗੀ ਹੁੰਦੀ ਆ ਆਪਣੇ ਕੋਲ, ਉਹ ਬਾਈ ਜੀ ਪਵਾਉਣ ਆਈ ਸੀ, ਤਾਂ ਇਹਨਾਂ ਨਾਲ ਗੱਲਬਾਤ ਹੋਈ ਅਤੇ ਇਹ ਆਪਾਂ ਨੂੰ ਕਹਿੰਦੇ ਵੀ ਜਿਹੜੀ ਕਾਰ ਆ ਆਪਾਂ ਉਹ ਸੇਲ ਕਰਨੀ ਆ। ਸੋ ਕਿਸੇ ਵੀ ਭਰਾ ਨੇ ਇਹ ਵਾਲੀ ਗੱਡੀ ਲੈਣੀ ਆ ਤਾਂ ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ, ਤੁਸੀਂ ਉਹਨੂੰ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਵਟਸਐਪ 'ਤੇ। LDI ਮਾਡਲ ਹੈ, ਆਪਾਂ ਵਾਰ ਵਾਰ ਵੀਡੀਓ ਦੇ ਵਿੱਚ ਦੱਸਦੇ ਰਹਿੰਦੇ ਹਾਂ। ਇਕੱਲੀ ਇਕੱਲੀ ਚੀਜ਼, ਬਾਕੀ ਮਿਊਜ਼ਿਕ ਸਿਸਟਮ ਵਗੈਰਾ ਕਾਰ ਦੇ ਵਿੱਚ ਲੱਗਿਆ ਹੋਇਆ, ਸਟੀਰੀਓ ਵਗੈਰਾ। ਨਾਲ ਦੀ ਨਾਲ ਆਪਾਂ ਕਾਰ ਦੇ ਟਾਇਰ ਵਗੈਰਾ ਵੀ ਚੈੱਕ ਕਰਵਾ ਦਿੰਦੇ ਹਾਂ, ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਾਰ ਲੈਫਟ ਸਾਈਡ ਤੋਂ। ਕਾਰ ਕਿਸੇ ਸਾਈਡ ਤੋਂ ਐਕਸੀਡੈਂਟ ਨਹੀਂ, 100% ਗਰੰਟੀ ਦੇਵਾਂਗੇ ਆਪਾਂ। ਨਾਲ ਨਾਲ ਕਾਰ ਜਿਹੜੀ ਆਪਾਂ ਤੁਹਾਨੂੰ ਇੱਕ ਵਾਰੀ ਸਟਾਰਟ ਵੀ ਕਰਕੇ ਚੈੱਕ ਕਰਵਾਵਾਂਗੇ ਵੀਡੀਓ ਦੇ ਲਾਸਟ 'ਚ। ਫਰੰਟ ਟਾਇਰ ਦੇਖ ਸਕਦੇ ਹੋ, ਟਾਇਰ ਹਾਲੇ ਪਏ ਨੇ 30-35%, 30-35% ਦੀ ਕਾਰ ਦੇ ਟਾਇਰ ਪਏ ਨੇ, ਬਿਲਕੁਲ ਓਕੇ। ਬਾਕੀ ਬਠਿੰਡਾ ਨੰਬਰ ਗੱਡੀ ਹੈ ਜੀ LDI ਰਿਟਸ। ਇਹ ਰੇਅਰ ਵਾਲੇ ਟਾਇਰ ਚੈੱਕ ਕਰ ਸਕਦੇ ਹੋ, ਬ੍ਰਿਜਸਟੋਨ। ਇਹ ਫਰੰਟ ਵਾਲਾ ਟਾਇਰ ਹੈ ਜੀ। ਇਕੱਲੀ ਇਕੱਲੀ ਚੀਜ਼ ਦੇ ਆਪਾਂ ਕੰਡੀਸ਼ਨ ਨਾਲ ਦਿਨ ਚੈੱਕ ਕਰਵਾਉਂਦੇ ਹਾਂ। ਤੁਸੀਂ ਕਾਰ ਦਾ ਫਲੋਰ ਚੈੱਕ ਕਰ ਸਕਦੇ ਹੋ ਕਿਸੇ ਸਾਈਡ 'ਤੇ, ਜਿਹੜੀ ਕਾਰ ਦੇ ਵਿੱਚ ਰਸਟਿੰਗ ਵੀ ਨਹੀਂ ਹੈ। ਬਾਕੀ ਆਪਾਂ ਸਾਰੀਆਂ ਚੀਜ਼ਾਂ ਸਾਰੇ ਭਰਾਵਾਂ ਨੂੰ ਚੈੱਕ ਕਰਵਾ ਚੁੱਕੇ ਹਾਂ। ਫਰੰਟ ਵਾਲਾ ਸ਼ੀਸ਼ਾ ਜਿਹੜਾ 2012 ਮਾਡਲ ਦਾ ਹੀ ਆ, ਬਾਕੀ ਸ਼ੀਸ਼ੇ ਵਗੈਰਾ ਸਾਰੇ ਨਾਲ ਦੀ ਨਹੀਂ, ਕੋਈ ਦਿੱਕਤ ਨਹੀਂ ਹੈ ਕਾਰ ਦੇ ਵਿੱਚ, ਚੈੱਕ ਤੁਸੀਂ ਕਰ ਸਕਦੇ ਹੋ। ਇੱਕ ਵਾਰੀ ਵੀਡੀਓ ਆਪਾਂ ਪ੍ਰੋਪਰ ਬਣਾ ਕੇ ਦਿਖਾਉਂਦੇ ਹਾਂ ਤਾਂ ਕਿ ਜਿਹੜੇ ਵੀ ਭਰਾ ਨੇ ਗੱਡੀ ਲੈਣੀ ਹੋਵੇ ਉਹਨੂੰ ਕੋਈ ਚੀਜ਼ ਦੇ ਵਿੱਚ ਦਿੱਕਤ ਲੱਗੇ ਨਾ। ਸਰ
ਸਟਾਰਟ ਕਰਿਓ ਮਾੜੀ ਜਿਹੀ ਗੱਡੀ ਆਪਣੀ। ਬਾਕੀ ਤੁਸੀਂ ਜਿਹੜਾ ਇੰਜਨ ਸਾਊਂਡ ਸੁਣ ਚੁੱਕੇ ਹੋ ਬਿਲਕੁਲ ਨੋਰਮਲੀ ਹੈ, ਇੰਜਨ ਗੇਅਰ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ। ਬਠਿੰਡਾ ਨੰਬਰ ਗੱਡੀ ਹੈ, ਦੂਜੇ ਨਾਮ ਹੈ, ਬਿਲਕੁਲ ਸੋਹਣੀ ਕੰਡੀਸ਼ਨ ਦੀ ਕਾਰ ਪਈ ਹੈ ਅਤੇ ਕਾਰ ਦਾ ਰੇਟ ਹੈਗਾ ਜੀ ਕੁੱਲ 2.5 ਲੱਖ ਰੁਪਈਆ। 2.5 ਲੱਖ ਰੁਪਏ ਦੇ ਵਿੱਚ ਤੁਸੀਂ 2012 ਮਾਡਲ ਲੇਟੈਸਟ ਗੱਡੀ ਲਿਜਾ ਸਕਦੇ ਹੋ ਜਿਹੜੀ ਕਿ ਬਹੁਤ ਚੰਗੀ ਕੰਡੀਸ਼ਨ ਦੀ ਆ। ਬਾਕੀ ਉਮੀਦ ਕਰਦੇ ਹਾਂ ਸਾਰੇ ਭਰਾ ਨੂੰ ਵੀਡੀਓ ਚੰਗੀ ਲੱਗੀ, ਵੀਡੀਓ ਚੰਗੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ।